ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਪਿਛਲੇ ਕਿੰਨੇ ਦਹਾਕਿਆਂ ਤੋਂ ਬਾਕੀ ਪਾਰਟੀਆਂ ਪੰਜਾਬ ਦੇ ਉੱਤੇ ਰਾਜ ਕਰ ਰਹੀਆਂ ਸੀ, ਕਿਸੇ ਨੇ ਪਾਣੀਆਂ ਬਾਰੇ ਨਹੀਂ ਸੋਚਿਆ, ਕਿਉਂਕਿ ਪੰਜਾਬ ਦਾ ਪਾਣੀ, ਪੰਜਾਬ ਦੀ ਧਰਤੀ ਦਾ ਹੇਠਲਾ ਪਾਣੀ ਥੱਲੇ ਦੀ ਥੱਲੇ ਹੁੰਦਾ ਜਾ ਰਿਹਾ ਔਰ ਪਾਣੀ ਖਤਮ ਹੋਣ ਦੇ ਕਗਾਰ ਤੇ ਹੈ। ਕਿਸੇ ਨੂੰ ਇਹ ਫਿਕਰ ਨਹੀਂ ਸੀ, ਇਹ ਫਿਕਰ ਸਰਦਾਰ ਸੁਖਵੰਤ ਸਿੰਘ ਮਾਨ ਨੇ ਕੀਤਾ। ਉਹ ਮਾਲਵਾ ਨਹਿਰ ਜਿਹੜੀ ਨਿਕਲ ਰਹੀ ਹੈ ਉਹਦੇ ਨਾਲ ਕਿਸਾਨਾਂ ਨੂੰ ਤਾਂ ਫਾਇਦਾ ਹੋਊਗਾ ਹੀ, ਸਾਡੇ ਪੰਜਾਬ ਨੂੰ ਵੀ ਫਾਇਦਾ ਹੋਊਗਾ, ਉਹਦੀ ਬਿਜਲੀ ਵੀ ਬਚੂਗੀ ਤੇ ਧਰਤੀ ਹੇਠਲਾ ਪਾਣੀ ਵੀ ਬਚੂਗਾ। ਘੱਟ ਤੋਂ ਘੱਟ 4 ਤੋਂ 5 ਲੱਖ ਦੇ ਦਰਮਿਆਨ ਮੇਰਾ ਖਿਆਲ ਹੈ ਵੀ ਟਿਊਬਵੈਲ ਬੰਦ ਹੋ ਜਾਣਗੇ। ਬਾਕੀ ਪਾਰਟੀਆਂ ਦੇ ਜੋ ਵੀ ਨੁਮਾਇੰਦੇ ਹੁੰਦੇ ਸੀ ਉਹ ਪੁਸ਼ਤ ਦਾ ਪੁਸ਼ਤ ਚੱਲੇ ਆ ਰਹੇ ਸੀ, ਜੇ ਕਿਸੇ ਦਾ ਦਾਦਾ ਕੋਈ ਮੰਤਰੀ ਸੀ ਤਾਂ ਅੱਗੇ ਪੋਤਾ ਵੀ ਮੰਤਰੀ ਹੈ ਜਾਂ ਅੱਗੇ ਪੜਪੋਤਾ ਵੀ ਮੰਤਰੀ ਹੈ। ਜਿਹੜੀ ਪਾਰਟੀ ਤੁਹਾਨੂੰ ਵਧੀਆ ਲੱਗੀ, ਜਿਹੜੀ ਪਾਰਟੀ ਨੇ ਤੁਹਾਡੇ ਲਈ ਕੰਮ ਕੀਤੇ ਹੈ ਉਹਨੂੰ ਵੋਟ ਪਾ ਦਿਓ, ਜਿਹੜੀ ਨਹੀਂ ਕੀਤੇ ਬੇਸ਼ੱਕ ਨਾ ਪਾਏ। ਪਿਛਲੇ 7 ਸਾਲ ਇੱਕੋ ਹੀ ਸ਼ੇਰ ਗੂੰਜ ਰਿਹਾ ਸੀਗਾ ਪਾਰਲੀਮੈਂਟ ਦੇ ਵਿੱਚ, 7 ਸਾਲ ਤੋਂ ਬਾਅਦ 2 ਸਾਲਾਂ ਦੇ ਵਿੱਚ ਇੱਕ ਵੀ ਬੰਦਾ ਦੱਸ ਦੋ ਪੰਜਾਬ ਦੇ ਵਿੱਚ 13 ਬੰਦੇ ਨੇ 13 ਚੋਂ ਇੱਕ ਵੀ ਬੰਦਾ ਕੋਈ ਬੋਲਿਆ ਹੋਵੇ ਦੱਸ ਦਿਓ ਕਿ ਉਸਦੀ ਸਪੀਚ ਪਈ ਹੋਵੇ ਨੈਟ ਤੇ। ਮੈਂ ਸਮਝਦਾ ਕਿ ਪਹਿਲੀ ਜਿੱਤ ਤਾਂ ਮੇਰੀ ਇਹੀ ਹੈ ਕਿ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਮਿਲੀ। ਬਾਕੀ ਜਿੰਨੇ ਵੀ MLA ਸਾਹਿਬਾਨ ਨੇ ਪਿੰਡ ਪਿੰਡ ਜਾ ਕੇ ਦੇਖਿਆ, ਇਹਨਾਂ ਦੇ ਹਲਕਿਆਂ 'ਚ ਜਾ ਕੇ ਦੇਖਿਆ, ਇੰਨਾ ਮਾਣ ਸਤਿਕਾਰ ਮਿਲ ਰਿਹਾ, ਇੰਨਾ ਵਧੀਆ ਕੰਮ ਕਰ ਰਹੇ ਨੇ। ਜਿੰਨੇ ਵਲੰਟੀਅਰ ਸਾਹਿਬਾਨ ਨੇ ਉਹ ਵੀ ਖੁਸ਼ ਨੇ, ਲੋਕ ਵੀ ਖੁਸ਼ ਨੇ, ਕਿਉਂਕਿ ਮਾਨ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਜਿਵੇਂ ਬਿਜਲੀ ਬਿੱਲ ਕਿਸੇ ਗਰੀਬ ਤੋਂ ਜਾ ਕੇ ਪੁੱਛੋ ਕਿ 5-6 ਹਜ਼ਾਰ, ਜਿਹਦਾ ਅੱਜ ਬਿਜਲੀ ਦਾ ਬਿੱਲ ਨਹੀਂ ਆਉਂਦਾ ਤੇ ਉਹ 5-6 ਹਜ਼ਾਰ ਦਾ ਹੋਰ ਕੋਈ ਕੰਮ ਧੰਦਾ ਕਰ ਲੈਂਦਾ, ਹੋਰ ਕਿਤੇ ਉਹ ਪੈਸਾ ਵਰਤ ਲੈਂਦਾ। ਜਾਂ ਪੰਜਾਬ ਦੇ ਜੇ ਪਾਣੀਆਂ ਦੀ ਗੱਲ ਕਰੀਏ, ਪਿਛਲੇ ਕਿੰਨੇ ਦਹਾਕਿਆਂ ਤੋਂ ਬਾਕੀ ਪਾਰਟੀਆਂ ਪੰਜਾਬ ਦੇ ਉੱਤੇ ਰਾਜ ਕਰ ਰਹੀਆਂ ਸੀ, ਕਿਸੇ ਨੇ ਪਾਣੀਆਂ ਬਾਰੇ ਨਹੀਂ ਸੋਚਿਆ, ਕਿਉਂਕਿ ਪੰਜਾਬ ਦਾ ਪਾਣੀ, ਪੰਜਾਬ ਦੀ ਧਰਤੀ ਦਾ ਹੇਠਲਾ ਪਾਣੀ ਥੱਲੇ ਦੀ ਥੱਲੇ ਹੁੰਦਾ ਜਾ ਰਿਹਾ ਔਰ ਪਾਣੀ ਖਤਮ ਹੋਣ ਦੇ ਕਗਾਰ ਤੇ ਹੈ। ਕਿਸੇ ਨੂੰ ਇਹ ਫਿਕਰ ਨਹੀਂ ਸੀ, ਇਹ ਫਿਕਰ ਸਰਦਾਰ ਸੁਖਵੰਤ ਸਿੰਘ ਮਾਨ ਨੇ ਕੀਤਾ। ਉਹ ਮਾਲਵਾ ਨਹਿਰ ਜਿਹੜੀ ਨਿਕਲ ਰਹੀ ਹੈ ਉਹਦੇ ਨਾਲ ਕਿਸਾਨਾਂ ਨੂੰ ਤਾਂ ਫਾਇਦਾ ਹੋਊਗਾ ਹੀ, ਸਾਡੇ ਪੰਜਾਬ ਨੂੰ ਵੀ ਫਾਇਦਾ ਹੋਊਗਾ, ਉਹਦੀ ਬਿਜਲੀ ਵੀ ਬਚੂਗੀ ਤੇ ਧਰਤੀ ਹੇਠਲਾ ਪਾਣੀ ਵੀ ਬਚੂਗਾ। ਘੱਟ ਤੋਂ ਘੱਟ 4 ਤੋਂ 5 ਲੱਖ ਦੇ ਦਰਮਿਆਨ ਮੇਰਾ ਖਿਆਲ ਹੈ ਵੀ ਟਿਊਬਵੈਲ ਬੰਦ ਹੋ ਜਾਣਗੇ। ਜਿਹੜਾ ਨਹਿਰੀ ਪਾਣੀ ਹੈ ਸਾਡੀਆਂ ਫਸਲਾਂ ਲਈ ਵੀ ਵਧੀਆ, ਸਾਡੀ ਧਰਤੀ ਲਈ ਵੀ ਵਧੀਆ। ਹੋਰ ਕਿਸੇ ਵੀ ਪਾਰਟੀ ਨੇ ਇਹਦੇ ਬਾਰੇ ਸੋਚਿਆ ਨਹੀਂ, ਇਹ ਸਰਦਾਰ ਭਗਵੰਤ ਸਿੰਘ ਮਾਨ ਹੀ ਹੈ ਜਿਹੜਾ ਅਸਲੀ ਲੋਕ ਨੇਤਾ, ਕਿਉਂਕਿ ਮੈਂ ਮਾਨ ਸਾਹਿਬ ਨੂੰ ਬਚਪਨ ਤੋਂ ਜਾਣਦਾ ਸੀ, ਬਚਪਨ ਤੋਂ ਇਕੱਠੇ ਆ, ਜਦੋਂ ਉਹ ਕੈਸਟਾਂ ਦੇ ਜ਼ਰੀਏ ਆਪਣੀਆਂ ਫਿਲਮਾਂ ਦੇ ਜ਼ਰੀਏ ਸਕਿੱਟਾਂ ਦੇ ਜ਼ਰੀਏ ਪੰਜਾਬ ਦਾ ਦਰਦ ਬਿਆਨ ਕਰਦੇ ਸੀ, ਉਦੋਂ ਤੋਂ ਹੀ ਤੁਸੀਂ ਚਾਹੇ ਕਦੇ ਮੌਕਾ ਮਿਲੇ ਤਾਂ ਪੁੱਛ ਲਿਓ। ਮੈਂ ਮਾਨ ਸਾਹਿਬ ਨੂੰ ਅੱਜ ਤੋਂ 30 ਸਾਲ ਪਹਿਲਾਂ ਕਹਿਤਾ ਸੀ ਕਿ ਮਾਨ ਸਾਹਿਬ ਇੱਕ ਦਿਨ ਬਹੁਤ ਵੱਡੇ ਲੀਡਰ ਬਣੋਗੇ ਤੇ ਉਹ ਗੱਲ ਅੱਜ ਸੱਚ ਹੋਈ ਹੈ ਤੇ ਲੀਡਰ ਵੀ ਲੋਕਾਂ ਦਾ ਹਰਮਨ ਪਿਆਰਾ ਲੀਡਰ ਬਣੇ। ਉਹ ਇਸੇ ਕਰਕੇ ਕਿਉਂਕਿ ਬਾਕੀ ਪਾਰਟੀਆਂ ਦੇ ਜੋ ਵੀ ਨੁਮਾਇੰਦੇ ਹੁੰਦੇ ਸੀ ਉਹ ਪੁਸ਼ਤ ਦਾ ਪੁਸ਼ਤ ਚੱਲੇ ਆ ਰਹੇ ਸੀ, ਜੇ ਕਿਸੇ ਦਾ ਦਾਦਾ ਕੋਈ ਮੰਤਰੀ ਸੀ ਤਾਂ ਅੱਗੇ ਪੋਤਾ ਵੀ ਮੰਤਰੀ ਹੈ
ਜਾਂ ਅੱਗੇ ਪੜਪੋਤਾ ਵੀ ਮੰਤਰੀ ਹੈ ਤੇ ਪਹਿਲੀ ਵਾਰ ਹੋਇਆ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਆਮ ਆਦਮੀ ਪਾਰਟੀ ਆਈ ਉਦੋਂ ਆਮ ਲੋਕਾਂ ਨੂੰ ਉਮੀਦ ਜਾਗੀ ਕਿ ਆਮ ਘਰ ਦਾ ਮੁੰਡਾ ਵੀ ਕੋਈ ਲੀਡਰ ਹੋ ਸਕਦਾ, ਕੋਈ ਪ੍ਰਧਾਨ ਹੋ ਸਕਦਾ, ਕੋਈ MLA ਹੋ ਸਕਦਾ, ਕੋਈ ਮੰਤਰੀ ਹੋ ਸਕਦਾ। ਸੋ ਮੈਂ ਜੇ ਆਪਣੇ ਆਪ ਤੇ ਲਾ ਕੇ ਦੇਖਾਂ, ਜਿਸ ਘਰ ਨੂੰ ਜਾਂ ਜਿਸ ਪਿੰਡ ਨੂੰ ਮੈਂ ਬਿਲੋਂਗ ਕਰਦਾ, ਜਿਹੋ ਜਿਹੇ ਹਾਲਾਤਾਂ ਨੂੰ ਮੈਂ ਬਿਲੋਂਗ ਕਰਦਾ ਸੀ, ਮੈਂ ਤਾਂ ਕਦੇ ਇਹ ਵੀ ਨੀ ਸੋਚਿਆ ਸੀ ਕਿ ਕੋਈ ਮੈਂ ਪੰਚਾਇਤ ਮੈਂਬਰ ਦੀ ਵੀ ਚੋਣ ਲੜ ਲੂੰਗਾ। ਇਸੇ ਕਰਕੇ ਸੰਭਵ ਹੋਇਆ ਕਿ ਇੱਕ ਇਮਾਨਦਾਰ ਪਾਰਟੀ ਆਈ, ਆਮ ਆਦਮੀ ਪਾਰਟੀ, ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਤੇ ਪੂਰੇ ਭਾਰਤ ਦੀ ਅਗਵਾਈ ਕਰ ਰਹੇ ਕੇਜਰੀਵਾਲ ਸਾਹਿਬ, ਉਹਨਾਂ ਦੀ ਸੋਚ ਇਹ ਲੈ ਕੇ ਆਈ ਕਿ ਹਰ ਇੱਕ ਬੰਦੇ ਨੂੰ, ਹਰ ਇੱਕ ਨਾਗਰਿਕ ਨੂੰ ਹੱਕ ਹੈ ਕਿ ਉਹ ਆਪਣੇ ਲੋਕਾਂ ਦੀ ਗੱਲ ਕਰ ਸਕੇ। ਸੋ ਦੋਸਤੋ, ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਜਿੰਨੇ ਵੀ ਇੱਥੇ ਤੁਸੀਂ ਬੈਠੇ ਸੁਣ ਰਹੇ ਹੋ ਕਿ ਤੁਸੀਂ ਬੇਸ਼ੱਕ ਜਿਹੜੀਆਂ ਪੁਰਾਣੀਆਂ ਪਾਰਟੀਆਂ ਤੁਸੀਂ ਦੇਖਦੇ ਜੋ ਬੇਸ਼ੱਕ ਵੋਟ ਨਾ ਪਾਇਓ, ਜੇ 70 ਸਾਲਾਂ ਦੇ ਕੰਮ ਦੇਖ ਲਓ ਤੇ 1-2 ਸਾਲਾਂ ਦੇ ਕੰਮ ਦੇਖ ਲਓ। ਜਿਹੜੀ ਪਾਰਟੀ ਤੁਹਾਨੂੰ ਵਧੀਆ ਲੱਗੀ, ਜਿਹੜੀ ਪਾਰਟੀ ਨੇ ਤੁਹਾਡੇ ਲਈ ਕੰਮ ਕੀਤੇ ਹੈ ਉਹਨੂੰ ਵੋਟ ਪਾ ਦਿਓ, ਜਿਹੜੀ ਨਹੀਂ ਕੀਤੇ ਬੇਸ਼ੱਕ ਨਾ ਪਾਇਓ। ਇਹ ਕਹਿਣਾ ਬਹੁਤ ਜਿਗਰੇ ਦੀ ਗੱਲ ਹੁੰਦੀ ਹੈ। ਸਾਡੇ ਮਾਨਯੋਗ MLA ਸਾਹਿਬ ਨੇ ਇਹੀ ਗੱਲ ਕਹੀ ਹੈ ਕਿ ਤੁਸੀਂ ਦੇਖ ਲਓ ਕਿ ਜੇ ਅਸੀਂ ਕੰਮ ਕੀਤਾ ਤਾਂ ਵੋਟਾਂ ਪਾ ਦਿਓ, ਜੇ ਨਹੀਂ ਕੀਤਾ ਤਾਂ ਨਾ ਪਾਇਓ। ਵੈਸੇ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ 5 ਸਾਲ ਬਾਅਦ ਤੁਹਾਡੇ ਤੋਂ ਵੋਟ ਮੰਗਣੀ ਨੀ, ਆ ਕੇ ਪਿੰਡ ਪਿੰਡ ਜਾਂ ਸ਼ਹਿਰ ਸ਼ਹਿਰ ਤੁਹਾਡੇ ਤੋਂ ਕਹਿਣਾ ਨੀ ਕਿ ਵੋਟਾਂ ਦਿਓ। ਜੇ ਤੁਹਾਨੂੰ ਕੰਮ ਚੰਗੇ ਲੱਗੇ ਤਾਂ ਵੋਟਾਂ ਪਾ ਦਿਓ, ਜੇ ਨਹੀਂ ਕੰਮ ਚੰਗੇ ਤਾਂ ਬੇਸ਼ੱਕ ਨਾ ਪਾਇਓ। ਸੋ ਦੋਸਤੋ, ਬਾਕੀ ਤੁਸੀਂ ਨੈਸ਼ਨਲ ਪੱਧਰ ਤੇ ਦੇਖ ਹੀ ਲਿਆ ਕਿ ਸਾਡੀਆਂ ਸਰਕਾਰਾਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੂੰ ਦਬਾ ਰਹੀਆਂ ਨੇ। ਸ੍ਰੀ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ, ਕਿਉਂ ਬੰਦ ਕਰ ਦਿੱਤਾ ਗਿਆ? ਕੋਈ ਸਾਡੇ ਖਿਲਾਫ਼ ਕੋਈ ਆਵਾਜ਼ ਉਠਾਉਣ ਵਾਲਾ ਨਾ ਰਹੇ, ਲੋਕਤੰਤਰ ਦਾ ਗਲਾ ਘੁੱਟ ਰਹੇ ਨੇ ਲੋਕ। ਮੇਰੀ ਗੱਲ ਯਾਦ ਰੱਖਿਓ, ਜੇ ਕਿਤੇ ਐਤਕੀ ਵੀ BJP ਆ ਗਈ ਤਾਂ ਮੁੜ ਕੇ ਵੋਟਾਂ ਨਹੀਂ ਪੈਣੀਆਂ, ਡਾਂਗ ਨਾਲ ਰਾਜ ਕਰਨਗੇ ਤੁਹਾਡੇ ਤੇ, ਜਿਹੜੇ ਮਰਜ਼ੀ ਕਾਨੂੰਨ ਬਣਾਏ ਜਾਣ, ਜਿਹੜੇ ਮਰਜ਼ੀ ਤੁਹਾਡੇ ਤੇ ਜਿਵੇਂ ਮਰਜ਼ੀ ਹਰ ਇੱਕ ਚੀਜ਼ ਤੁਹਾਡੇ ਤੇ ਥੋਪੀ ਜਾਊਗੀ, ਤੁਸੀਂ ਉਹਦਾ ਵਿਰੋਧ ਵੀ ਨਹੀਂ ਕਰ ਸਕਦੇ, ਇਹੋ ਜਿਹੇ ਕਾਨੂੰਨ ਪਾਸ ਕਰ ਦੇਣਗੇ। ਸੋ ਦੋਸਤੋ, ਜੇ ਲੋਕਤੰਤਰ ਆਜ਼ਾਦ ਰੱਖਣਾ ਤਾਂ ਬਾਕੀ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਇਹਦੇ ਹੱਥ ਮਜ਼ਬੂਤ ਕਰੋ, ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ, ਕਿਉਂਕਿ ਜਿਵੇਂ ਗੁਰਦਿੱਤ ਸਿੰਘ ਕਹਿ ਕੇ ਗਏ ਨੇ ਕਿ ਪਿਛਲੇ 7 ਸਾਲ ਇੱਕੋ ਹੀ ਸ਼ੇਰ ਗੂੰਜ ਰਿਹਾ ਸੀਗਾ ਪਾਰਲੀਮੈਂਟ ਦੇ ਵਿੱਚ, 7 ਸਾਲ ਤੋਂ ਬਾਅਦ ਆ 2 ਸਾਲਾਂ ਦੇ ਵਿੱਚ ਇੱਕ ਵੀ ਬੰਦਾ ਦੱਸ ਦਿਓ ਪੰਜਾਬ ਦੇ ਵਿੱਚ, 13 ਬੰਦੇ ਨੇ, 13 ਚੋਂ ਇੱਕ ਵੀ ਬੰਦਾ ਕੋਈ ਬੋਲਿਆ ਹੋਵੇ ਦੱਸ ਦਿਓ ਕਿ ਉਹਦੀ ਸਪੀਚ ਪਈ ਹੋਵੇ ਨੈਟ ਤੇ। ਸੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿੱਥੋਂ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੀ ਸਪੀਚ ਬੰਦ ਕੀਤੀ ਸੀ ਉੱਥੋਂ ਹੀ ਸ਼ੁਰੂ ਕਰੂੰਗਾ। ਸੋ ਦੋਸਤੋ, ਜਿਸ ਦਿਨ ਮੈਨੂੰ ਇੱਕ ਆਫਰ ਹੋਈ ਸੀ, ਮੈਨੂੰ ਕਿਹਾ ਗਿਆ ਸੀ ਕਿ ਤੈਨੂੰ ਫਰੀਦਕੋਟ ਤੋਂ ਲੜਾ ਰਹੇ ਹਾਂ, ਤਾਂ ਮੈਂ ਮਾਨ ਸਾਹਿਬ ਨੂੰ ਜਵਾਬ ਦੇ ਦਿੱਤਾ ਸੀ ਕਿ ਮੇਰਾ ਬਹੁਤ ਵਧੀਆ ਕੰਮ ਚੱਲ ਰਿਹਾ, ਕਿਉਂਕਿ ਇੱਥੇ ਮੇਰੇ ਦੋਸਤ ਵੀ ਬੈਠੇ ਨੇ, ਕੁਲਦੀਪ ਕਲੇਰਾ ਜੀ ਦੇ ਮੈਂ ਗੀਤ ਗਾਉਣਾ, ਸਿਕੰਦਰ ਸਲੀਮ, ਬਾਗੂ, ਕੁਲਵਿੰਦਰ ਹੋਣੀ, ਉਹਨਾਂ ਨੂੰ ਪਤਾ ਕਿ ਮੈਨੂੰ ਆਪਣੇ ਪਰਿਵਾਰ ਲਈ ਵੀ ਇੱਕ ਇੱਕ ਦਿਨ ਵੀ ਕੱਢਣਾ ਔਖਾ ਹੁੰਦਾ ਸੀ, ਮੈਂ ਆਪਣੇ ਕੰਮ 'ਚ ਇੰਨਾ ਮਸ਼ਰੂਫ ਹਾਂ। ਜਦੋਂ ਮੈਂ ਮਾਨ ਸਾਹਿਬ ਨੂੰ ਕਿਹਾ ਕਿ ਮੈਂ ਕੰਮ ਨਹੀਂ ਕਰ ਸਕਦਾ ਇੱਧਰ ਪਾਰਟੀ ਦੇ ਵਿੱਚ ਕਿ ਮੇਰੇ ਕੋਲ ਟਾਈਮ ਨਹੀਂ, ਉਹ ਕਹਿੰਦਾ ਤੈਨੂੰ ਇੰਨਾ ਮਸ਼ਰੂਫ ਇੰਨਾ ਬਿਜੀ ਕਿਹਨੇ ਕੀਤਾ? ਲੋਕਾਂ ਨੇ ਕੀਤਾ ਨਾ। ਮੈਂ ਕਿਹਾ ਹਾਂ, ਲੋਕ ਮੈਨੂੰ ਪਿਆਰ ਕਰਦੇ ਨੇ। ਫਿਰ ਕਹਿੰਦਾ ਇੰਨਾ ਬਹੁਤ ਪਿਆਰ ਕਰ ਲਿਆ, ਹੁਣ ਲੋਕਾਂ ਲਈ ਵੀ ਕੁਛ ਕਰ ਲੈ।
ਸੋ ਮੈਂ ਸਾਰਾ ਜੋ ਵੀ ਅੱਜ ਤੋਂ ਬਾਅਦ ਜੋ ਵੀ ਕਰੂੰਗਾ ਆਪਣੇ ਲੋਕਾਂ ਲਈ, ਕਿਉਂਕਿ ਮੈਂ ਇੱਕ ਗਰੀਬ ਪਰਿਵਾਰ ਤੋਂ ਉੱਠਿਆ ਹੋਇਆ, ਮੈਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਬਾਰੇ ਪਤਾ ਹੈ। ਜਿਵੇਂ ਸਾਡੇ ਬਾਕੀ ਬੁਲਾਰੇ ਵੀ ਕਹਿ ਕੇ ਗਏ ਨੇ ਕਿ ਕਲਾਕਾਰ ਹੁੰਦਾ ਹੈ, ਜੇ ਉਹਨੇ ਕਿਸਾਨ ਦਾ ਰੋਲ ਕਰਨਾ ਤਾਂ ਉਹ ਕਿਸਾਨ ਦੇ ਰੋਲ ਦੇ ਵਿੱਚ ਪੂਰਾ ਢਾਲਣਾ ਪੈਂਦਾ, ਉਹ ਸਾਂਚੇ ਦੇ ਵਿੱਚ ਢਾਲਣਾ ਪੈਂਦਾ ਹੈ। ਜੇ ਕਿਸੇ ਮਜ਼ਦੂਰ ਦਾ ਕਿਰਦਾਰ ਕਰਨਾ ਤਾਂ ਉਸ ਮਜ਼ਦੂਰ ਦੇ ਉਹਦੇ ਕਿਰਦਾਰ ਦੇ ਵਿੱਚ ਉਹ ਸਾਂਚੇ ਦੇ ਵਿੱਚ ਢਾਲਣਾ ਪੈਂਦਾ, ਉਹਦੀਆਂ ਦੁੱਖ ਤਕਲੀਫਾਂ ਬਾਰੇ ਪਤਾ ਕਰਨਾ ਪੈਂਦਾ ਕਿ ਇੱਕ ਮਜ਼ਦੂਰ ਦੀ